बहुत ही सत्कारयोग पंजाब दे कच्चे मुलाजम साथीओ सत श्री अकाल। दो चार गल्लां बातां सांझियां करनियां सीगियां। पंजाब दे विच बड़ा माहौल अजीबो गरीब बनिया होया कच्चे मुलाजमां नूं पक्के करन संबंधी। पहली गल तां पंजाब सरकार तुहानूं सिर्फ पक्का शब्द दे रही है, उहदे विच एक रैगूलर मुलाजम नूं जिहड़े लाभ हुंदे आ उह नहीं हैगे। इह क्लीयर हो चुकी है गल, लिखिया चाहे कुछ भी होवे सिर्फ शब्द पक्का मिलेगा। तनखाह भी खजाने चो मिल सकती है, सारा कुछ हो सकता है। सरकार पंजाब सरकार अपने नाल जोड़ रही है तुहानूं कच्चे मुलाजमां नूं, कच्चे तो पक्का शब्द मिल रहा है। पर 58 साल तक जीवन ज्यौंदिया एक मुलाजम नूं जिहड़े लाभ चाहीदे हुंदे ने, जिवें उहनूं जिंदगी दी सिक्योरिटी चाहीदी हुंदी है, वह तुहानूं नहीं मिल रही। और जिहड़े क्राइटेरिए दे तहत तुहानूं पक्का कीता जा रहा उहदे विच उह चीज़ां जुड़न दे योग भी नहीं हैगियां जिहड़ियां तुहानूं अति जरूरी हुंदियां ने। चलो ये गल्लां तां आपां आउण वाले समें च भी करदे रहांगे, संघर्ष कंटिन्यू जारी रहेगा। 8736 कच्चे मुलाजमां दी मंग नूं मनवाउण दे लई हुण इह मंग सारे कच्चे मुलाजमां दी वी हो सकदी है, क्योंकि उह उहनां नूं आर्डर मिल जाणगे, ज्वाइन कर जाणगे। उहनां दी इह पहली मंग है, पूरी हो जूगी। हुण मैं पॉइंट टू पॉइंट तुहाडे नाल गल सांझी करदा। पहली गल तां इह है वी तुसीं ज्वाइन किवें करना, जिते रौला पा रख्या जे किस कुछ नूं तां कोई इहदा फिकर नहीं हैगा वी चलो जिवें वी ज्वाइन कराउंदे आ ज्वाइन ही कराउणा। कुछ इहते बड़ा मतलब अंदर खाते मर रहे ने, अंदरों हत्थ झंझोड़े पए ने वी आह साडा जलूस किवें निकल रिहा है। ਇਹ ਤੁਸੀਂ ਆਪਦੀ ਸਮਝ ਦੇ ਪੱਧਰ ਦੇ ਆਧਾਰ 'ਤੇ ਇਹਦੇ ਨਾਲ ਨਜਿੱਠਣਾ ਹੈਗਾ। ਨਜਿੱਠਣ ਦਾ ਮੇਰਾ ਮਤਲਬ ਇਹ ਨਹੀਂ ਵੀ ਕਿਸੇ ਨਾਲ ਵਿਰੋਧ ਨਹੀਂ ਜ਼ਾਹਰ ਕਰਨਾ, ਆਪਦੇ ਸਟਾਫ ਨਾਲ ਨਹੀਂ ਵਿਗਾੜ ਲੈਣੀ, ਆਪਦੇ ਪਿੰਡ ਦੇ ਲੋਕਾਂ ਨਾਲ ਸੱਜਣਾ ਨਾਲ ਪੋਲੀਟੀਕਲ ਲੋਕ ਜਿਹੜਾ ਵੀ ਅਫਸਰ ਕੋਈ ਆਉਂਦਾ ਕਿਸੇ ਨਾਲ ਵਿਗਾੜਨਾ ਨਹੀਂ। ਕੁਛ ਐਜ਼ ਏ ਅਧਿਆਪਕ ਤੁਸੀਂ ਪੇਸ਼ ਆਉਣਾ। ਜੇ ਤਾਂ ਤੁਸੀਂ ਚਾਵਾਂ ਨਾਲ ਮਨਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ, ਪਿੰਡ ਵਾਲਿਆਂ ਨੂੰ ਪੂਰਾ ਵੱਡਾ ਇਕੱਠ ਕਰ ਸਕਦੇ ਹੋ, ਪੰਚਾਇਤ ਬੁਲਾ ਸਕਦੇ ਹੋ, ਟੈਂਟ ਲਾ ਸਕਦੇ ਹੋ, ਤੁਹਾਡੀ ਸਮਝ ਦਾ ਪੱਧਰ ਹੈ। ਜੇ ਤੁਹਾਨੂੰ ਲੱਗਦਾ ਵੀ ਇਹ ਸਾਡੇ ਨਾਲ ਸਾਡੀ ਸਮਝ ਦੇ ਮੁਤਾਬਕ ਠੀਕ ਨਹੀਂ ਹੈਗਾ ਤਾਂ ਤੁਸੀਂ ਸਟਾਫ ਨੂੰ ਸਹੀ ਤਰੀਕੇ ਨਾਲ ਕਹਿ ਸਕਦੇ ਹੋ ਵੀ ਮੈਂ ਇਸ ਤਰ੍ਹਾਂ ਜੁਆਇਨ ਨਹੀਂ ਕਰਨਾ, ਚਾਹੇ ਤੁਸੀਂ ਇਕੱਠ ਸੱਦੋ ਚਾਹੇ ਨਾ ਸੱਦੋ, ਇਹ ਤੁਹਾਡੀ ਆਪਣੀ ਫਾਰਮੈਲਿਟੀ ਹੋਊਗੀ। ਮੈਂ ਜਿਵੇਂ ਰੋਜ਼ਾਨਾ ਦੀ ਜ਼ਿੰਦਗੀ ਹੁੰਦੀ ਆ ਉਵੇਂ ਆਪਣੀ ਹਾਜ਼ਰੀ ਪਾਉਣੀ ਆ। ਜਿਹੜਾ ਤੁਸੀਂ ਕੋਈ ਪੱਤਰ ਨੰਬਰ ਵਗੈਰਾ ਲਿਖਣਾ ਉਹ ਉੱਪਰ ਲਿਖ ਦਿਓ। ਸੋ ਇਹਦੇ ਨਾਲ ਤੁਹਾਡੀ ਸਾਰਾ ਮਸਲਾ ਨਿਬੜ ਜਾਊਗਾ। ਹੁਣ ਕੁਝ ਬੰਦੇ ਇਹ ਵੀ ਸੋਚਦੇ ਆ ਵੀ ਅਸੀਂ ਇਹ ਸਾਰਾ ਕੁਝ ਜੁਆਇਨ ਕਰਨ ਦੇ ਨਾਲ ਨਾਲ ਆਪਣੀ ਰੋਸ ਵੀ ਸਰਕਾਰ ਤੱਕ ਪਹੁੰਚਾਈਏ, ਉਹ ਤੁਸੀਂ ਆਪਦਾ ਲਿਖਤੀ ਉਹਨਾਂ ਨੂੰ ਪੰਚਾਇਤ ਵਾਲਿਆਂ ਨੂੰ ਜਾਂ ਹੋਰ ਹੈ ਉਹਨਾਂ ਦੇ ਰੋਸ ਵੀ ਦੇ ਸਕਦੇ ਹੋ ਵੀ ਪੰਜਾਬ ਸਰਕਾਰ ਸਾਨੂੰ ਪ੍ਰੋਪਰ ਰੈਗੂਲਰ ਨਹੀਂ ਕਰ ਰਹੀ, ਸਾਡੇ ਨਾਲ ਮਜ਼ਾਕ ਕਰ ਰਹੀ ਹੈ। ਉਹ ਆਪਦਾ ਤੁਸੀਂ ਨਾ, ਮੇਰਾ ਕਹਿਣ ਦਾ ਮਤਲਬ ਕਿਸੇ ਨਾਲ ਜ਼ਹਿਰ ਨਹੀਂ ਉਗਲਣਾ ਆਪਾਂ ਉੱਥੇ, ਆਪਦਾ ਉਹਨਾਂ ਨੂੰ ਤੁਸੀਂ ਸਮਝਾ ਸਕਦੇ ਹੋ, ਵੀਡੀਓ ਵੀ ਜਾਰੀ ਕਰ ਸਕਦੇ ਹੋ, ਤੁਸੀਂ ਆਪਦੀ ਗੱਲ ਨੂੰ ਰੱਖ ਸਕਦੇ ਹੋ, ਚਾਹੇ ਉਹ ਹਾਂ ਪੱਕੀ ਹੈ ਚਾਹੇ ਨਾ ਪੱਕੀ ਹੈ। ਪਰ ਅਜਿਹੀ ਸਥਿਤੀ ਨਾ ਆਵੇ ਵੀ ਜਿਹਦੇ ਵਿੱਚ ਆਪਣਾ ਅਧਿਆਪਕ ਵਰਗ ਹੋਣ ਦੇ ਨਾਂ 'ਤੇ ਜਲੂਸ ਨਿਕਲੇ। ਤੁਸੀਂ ਗੱਲ ਹੁਣ ਸਾਰੀ ਸਮਝ ਗਏ, ਤੁਹਾਡੀ ਸਮਝ ਦਾ ਪੱਧਰ ਹੈ ਤੁਸੀਂ ਇਹਨੂੰ ਕਿਵੇਂ ਪੇਸ਼ ਕਰੋਗੇ। ਹੁਣ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਵੀ ਮਨਾਇਆ ਜਾ ਰਿਹਾ ਲੋਕਾਂ ਵੱਲੋਂ, ਕਿਉਂਕਿ ਸਾਡੇ ਵਿੱਚ ਜਿਹੜੀ ਗਿਣਤੀ ਹੈ ਟੋਟਲ 13,000 ਤਾਂ ਉਹਦੇ ਵਿੱਚ ਸਾਰਿਆਂ ਦੀਆਂ ਭਾਵਨਾਵਾਂ ਅਲੱਗ ਨੇ, ਸਾਰਿਆਂ ਕੈਟਾਗਰੀਆਂ ਦੇ ਮੁਤਾਬਕ ਡਿਮਾਂਡਜ਼ ਵੀ ਅਲੱਗ ਸੀਗੀਆਂ। ਸੋ ਇਹ ਤੁਸੀਂ ਗੱਲ ਨੂੰ ਸਮਝ ਗਏ, ਇੱਥੇ ਬਸ ਰੌਲੇ ਰੱਪੇ ਖੜ੍ਹੇ ਨਾ ਹੋਣ, ਸਮੂਥਲੀ ਇਹਨੂੰ ਨਿਬੇੜ ਦਿਓ। ਨਾਲ ਇੱਕ ਪ੍ਰੋਗਰਾਮ ਤੁਹਾਨੂੰ ਇਹ ਵੀ ਦਿੱਤਾ ਜਾਊ ਸਟੇਟ ਵੱਲੋਂ ਵੀ ਆਪਾਂ ਇਹਦੀਆਂ ਜਿਹੜੇ ਬੰਦੇ ਦਾ ਵਿਰੋਧ ਕਰਦੇ ਆ, ਜਿਵੇਂ ਆਪਾਂ 8736 ਦੇ ਵਿੱਚ ਇਹਦਾ ਵਿਰੋਧ ਕਰ ਰਹੇ ਹਾਂ, ਇਹ ਜੁਆਇਨਿੰਗ ਲੈਟਰਾਂ ਦਾ ਇਹਦੇ ਨਾਲ ਸਾਨੂੰ ਪ੍ਰੋਪਰ ਲਾਭ ਦਿੰਦੇ ਹੋਏ ਰੈਗੂਲਰ ਕਰਨਾ ਸੀ, ਉਹ ਸਾਡੀ ਮੰਗ ਹੈ। ਹਾਲੇ ਵੀ ਉਸ ਮੰਗ 'ਤੇ ਆਪਾਂ ਪਹਿਰਾ ਦੇ ਰਹੇ ਹਾਂ। ਆਪਾਂ ਇਹਦੀਆਂ ਕਾਪੀਆਂ ਫੂਕਾਂਗੇ, ਉਹ ਕਿੱਦੇ ਫੂਕਾਂਗੇ, ਕਦੋਂ ਫੂਕਾਂਗੇ, ਉਹ ਤੁਹਾਨੂੰ ਪ੍ਰੋਗਰਾਮ ਸਟੇਟ ਦੇਊਗਾ। ਸੋ ਇੱਕ ਪ੍ਰੋਗਰਾਮ ਆਪਣਾ 28 ਦਾ ਸਟੇਟ ਲੈਵਲ ਦਾ ਰੱਖਿਆ ਹੋਇਆ ਸੀ, ਉਹ ਆਪਾਂ ਡਿਲੇ ਕਰ ਦਿੱਤਾ, ਪੋਸਟਪੋਨ ਕਰ ਦਿੱਤਾ। ਉਹਦੇ ਪੋਸਟਪੋਨ ਹੋਣ ਕਾਰਨ ਦੇ 2-3 ਕਾਰਨ ਨੇ। ਇੱਕ ਕਾਰਨ ਜਿਹੜਾ ਜਮ੍ਹਾਂ ਮਤਲਬ ਸਾਨੂੰ ਲੱਗਿਆ, ਸਾਨੂੰ ਵੀ ਫੀਲ ਹੋਇਆ ਵੀ ਅਸੀਂ ਏਕਤਾ ਵੱਲ ਵੱਧ ਕੇ ਇਸ ਲੜਾਈ ਨੂੰ ਜਿੱਤਣਾ ਚਾਹੁੰਦੇ ਸੀਗੇ, ਅਤੇ ਕਿਤੇ ਨਾ ਕਿਤੇ ਲੱਗਿਆ ਵੀ ਇਸ ਪ੍ਰੋਗਰਾਮ ਕਰਕੇ ਜਿਹੜੇ ਏਕਤਾ ਜਿਨ੍ਹਾਂ ਕੋਲ ਅਸੀਂ ਏਕਤਾ ਦੇ ਤੌਰ 'ਤੇ ਗਏ ਸੀ ਉਹਨਾਂ ਨੂੰ ਇਹ ਆਏ ਨਾ ਲੱਗੇ ਵੀ ਇਹ ਪ੍ਰੋਗਰਾਮ ਕਿਉਂ ਰੱਖਿਆ, ਉਹਨਾਂ ਨੂੰ ਆਰਡਰ ਲੈ ਲੈਣ ਦਿਓ, ਉਹਨਾਂ ਦੀ ਸ਼ਾਨੋ ਸ਼ੌਕਤ 'ਚ ਕੋਈ ਖਰਾਬੀ ਨਾ ਹੋਵੇ, ਉਹਨਾਂ ਦੇ ਫੋਟੋ ਸੈਸ਼ਨ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ, ਤਾਂ ਵੀ ਸਾਨੂੰ ਐਂ ਲੱਗਿਆ ਵੀ ਏਕਤਾ ਖਰਾਬ ਨਾ ਹੋਵੇ ਸਾਡੀ। ਜੇ ਉਹਨਾਂ ਦੇ ਮਨ 'ਚ ਏਕਤਾ ਕਰਨ ਦੀ ਹਾਮੀ ਹੈਗੀ ਆ, ਮਨ 'ਚ ਆਈ ਆ ਗੱਲ, ਤਾਂ ਵੀ ਇਹ ਪ੍ਰੋਗਰਾਮ ਹੀ ਵਾਪਸ ਲੈ ਲਓ ਆਪਾਂ। ਪਹਿਲੀ ਗੱਲ ਇਹ ਸੀ। ਦੂਜੀ ਗੱਲ ਇਹ ਵੀ ਸੀ ਵੀ ਜਦੋਂ ਲੋਕਲ ਬੋਡੀ 'ਚ ਸਰਕਾਰ ਦੀਆਂ ਨੁਮਾਇੰਦੇ ਸਰਕਾਰ ਦੇ ਸਕੂਲਾਂ 'ਚ ਆ ਰਹੇ ਨੇ ਤਾਂ ਆਪਣਾ ਰੋਸ ਹੀ ਜ਼ਾਹਰ ਕਰਨਾ ਹੁੰਦਾ, ਤਾਂ ਕਿਉਂ ਨਾ ਉੱਥੇ ਆਪਣੀ ਗੱਲ ਦੱਸੀ ਜਾਵੇ ਲੋਕਾਂ ਨੂੰ। ਸੋ ਅਸੀਂ ਸਾਰੇ ਆਪਾਂ ਜਿਹੜੇ ਆਪਣੀ ਮੰਗ ਨੂੰ ਮਨਵਾਉਣ ਲਈ ਸਿਹਰਦਾਂ 'ਤੇ ਇਹ ਮੋਰਚਾ 45-46 ਦਿਨਾਂ ਤੋਂ ਲਾਇਆ ਹੋਇਆ ਹੈ, ਅਸੀਂ ਵੀ ਕਿਸੇ ਵੀ ਪੱਖੋਂ ਅਜਿਹੀ ਸਥਿਤੀ ਕ੍ਰੀਏਟ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ 8736 ਦੇ ਮਾਣ ਸਤਿਕਾਰ ਦੀ ਗੱਲ ਹੈ ਜਿਹੜੀ ਉਹ ਖਰਾਬ ਹੋ ਜੇ। ਇਹ ਲੜਾਈ 8736 ਦੇ ਵਿੱਚ ਕੰਮ ਕਰਦੇ ਵਰਗ ਜਿਵੇਂ ਸਿੱਖਿਆ ਪ੍ਰੋਵਾਈਡਰ ਅਤੇ IV
ਉਹਨਾਂ ਨੂੰ ਪ੍ਰੋਪਰ ਲਾਭ ਦਿੰਦੇ ਹੋਏ ਉਹਨਾਂ ਦੀਆਂ ਸੇਵਾਵਾਂ ਪੱਕੀਆਂ ਹੋਣ ਤੱਕ ਦੀ ਮੰਗ ਨੂੰ ਲੈ ਕੇ ਲੜੀ ਜਾ ਰਹੀ ਆ। ਉਹ ਲੜਾਈ ਜਿੱਤਣ ਦੇ ਲਈ ਅਸੀਂ ਕੋਈ ਵੀ ਕਮਜ਼ੋਰੀ ਨਹੀਂ ਛੱਡਣਾ ਚਾਹੁੰਦੇ। ਅਸੀਂ ਇੱਥੇ ਹੁਣ ਇਹ ਵੀ ਨਹੀਂ ਸੋਚਦੇ ਵੀ ਕੌਣ ਪ੍ਰਧਾਨ ਆ ਸਾਡਾ, ਕੌਣ ਅਸੀਂ ਕਿਵੇਂ, ਸਾਡਾ ਕੋਈ ਵਰਗ ਹੈ। ਅਸੀਂ ਲੋਕਾਂ ਦੇ ਹਿੱਤ ਨੂੰ ਮੁੱਖ ਰੱਖ ਕੇ ਵੀ ਜਿਹੜੇ ਸਾਡਾ ਕਾਡਰ ਹੈ, ਜਿਹੜਾ ਸਾਡਾ ਵਰਗ ਹੈ, ਵੀ ਉਹਦੀ ਭਲਾਈ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਉਹਦੀ ਭਲਾਈ ਦੇ ਲਈ ਅਸੀਂ ਆਹ ਹੁਣ ਹੜ੍ਹ ਪ੍ਰਭਾਵ, ਹੜ੍ਹ ਤਾਂ ਦੇਖੋ ਖਤਮ ਹੋ ਗਏ ਸੀ, ਉਦੋਂ ਬਾਅਦ ਵੀ ਅਸੀਂ ਆਹ 10 ਦਿਨ ਸ਼ਾਂਤ ਰਹੇ ਹਾਂ। ਕਾਰਨ ਵੀ ਲੋਕਾਂ ਦੀ ਇਹ ਮੰਗ ਜੀ ਜਿਹੜੀ ਸਟਾਰਟਿੰਗ ਵਾਲੀ ਆ, ਇਹ ਪੂਰੀ ਹੋ ਜਾਣ ਦਿਓ, ਇਹ ਨਿਬੜ ਜੇ ਕੰਮ, ਆਪਾਂ ਸੰਘਰਸ਼ ਉਦੋਂ ਬਾਅਦ ਤਿੱਖਾ ਕਰਾਂਗੇ। ਨਾਲ ਅਸੀਂ ਇਹ ਵੀ ਕਰੀ ਸੀ ਵੀ ਲੋਕ ਕੀ ਚਾਹੁੰਦੇ ਆ, ਏਕਤਾ ਦੀ ਗੱਲ ਵੀ ਅਸੀਂ ਕਰੀ, ਲੋਕਾਂ ਦੇ ਨਾਲ ਮਿਲ ਕੇ ਚੱਲਣ ਦੀ ਗੱਲ ਵੀ ਕਰੀ ਵੀ ਲੋਕਾਂ ਦਾ ਫਾਇਦਾ ਕਿਵੇਂ ਹੋਵੇ। ਸਾਨੂੰ ਕੋਈ ਵੀ ਸਟੈਪ ਚੱਕਣਾ ਔਖਾ ਨਹੀਂ ਲੱਗਦਾ ਜਿਹਦੇ ਵਿੱਚ ਲੋਕਾਂ ਦਾ ਫਾਇਦਾ ਹੋਵੇ। ਤੁਸੀਂ ਮੇਰੀ ਗੱਲ ਨੂੰ ਸਮਝੋ ਵੀ ਅਸੀਂ ਲੋਕਾਂ ਦੇ ਹਿੱਤ ਮੂਹਰੇ ਰੱਖਣੇ ਆ, ਨਾ ਕਿ ਸਰਕਾਰ ਦਾ ਹਿੱਤ, ਨਾ ਕਿ ਆਪਦੀ ਪ੍ਰਧਾਨਗੀ ਦਾ ਹਿੱਤ, ਨਾ ਕਿ ਆਪਣੇ ਇੱਕ ਮਤਲਬ ਧੜੇ ਦਾ ਹਿੱਤ। ਅਸੀਂ ਲੋਕਾਂ ਦੇ ਹਿੱਤ ਨੂੰ, ਲੋਕਾਂ ਦੀ ਮੰਗ ਨੂੰ ਕਿਵੇਂ ਮਨਵਾ ਸਕੇ ਹਾਂ, ਉਹਦੇ ਲਈ ਅਸੀਂ ਹਰ ਸਟੈਪ ਚੱਕਿਆ ਅਤੇ ਅੱਗੇ ਵੀ ਚੱਕਾਂਗੇ। ਸੋ ਇਸ ਕਰਕੇ ਅਸੀਂ ਸੋ ਤੁਹਾਨੂੰ ਜਿਨ੍ਹਾਂ ਨੂੰ ਤਾਂ ਇਹ ਖੁਸ਼ੀਆਂ ਨੇ ਉਹ ਖੁਸ਼ੀਆਂ ਮਨਵਾ ਲਿਓ, ਜਿਨ੍ਹਾਂ ਨੂੰ ਦੁੱਖ ਹੈ ਉਹ ਦੁੱਖ ਮਨਵਾ ਲਿਓ, ਅਤੇ ਜਿਹਨੂੰ ਦੁੱਖ ਹੈ ਉਹ ਆਪਦੇ ਅੰਦਰ ਗੁੱਸਾ ਵੀ ਪਾ ਲਿਓ। ਸਰਕਾਰ ਦੇ ਪ੍ਰਤੀ ਆਉਣ ਵਾਲੇ ਸਮੇਂ 'ਚ ਆਪਣਾ ਇਹ ਕੰਟੀਨਿਊ ਚੱਲੂਗਾ ਪ੍ਰੋਗਰਾਮ, ਅਤੇ ਆਪਾਂ ਤੁਹਾਡੀ 28 ਤਰੀਕ ਦੀ ਸ਼ਾਮ ਨੂੰ 2 ਵਜੇ ਤੋਂ ਬਾਅਦ ਇਸ ਅੰਦੋਲਨ ਨੂੰ ਤਿੱਖਾ ਰੂਪ ਦੇਵਾਂਗੇ। 15 ਅਗਸਤ 'ਤੇ ਚਿੱਬ ਕੱਢ ਦਿਆਂਗੇ ਜਮ੍ਹਾਂ ਇਹੋ ਜਿਹੇ ਪ੍ਰੋਗਰਾਮ ਹੋਣਗੇ, ਉਦੋਂ ਪਹਿਲਾਂ ਵੀ ਵੱਡੇ ਪ੍ਰੋਗਰਾਮ ਹੋਣਗੇ। ਸੋ ਇਹ ਲੜਾਈ ਸਾਡੇ ਮਾਣ ਸਤਿਕਾਰ ਦੀ ਹੈ, ਇਹਨੂੰ ਅਸੀਂ ਅਧੂਰੀ ਨਹੀਂ ਛੱਡ ਸਕਦੇ, ਅਤੇ ਇਹ ਅਸੀਂ ਮਾਣ ਸਤਿਕਾਰ ਦਾ ਜਿਹੜਾ ਰੈਗੂਲਰ ਦਾ ਸਕੇਲ ਆ ਉਹ ਲੈਣਾ ਹੀ ਲੈਣਾ ਸਰਕਾਰ ਤੋਂ, ਸਰਕਾਰ ਦੇ ਟੇਬਲ ਤੋਂ ਬਣਵਾਉਣੀਆਂ ਨੇ ਗੱਲਾਂ ਵੀ। ਤੁਸੀਂ ਆਹ ਵਾਅਦੇ ਕੀਤੇ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਪੈਂਫਲਟ ਜਿਹੜੇ ਅਸੀਂ ਹੜ੍ਹ ਕਾਰਨ ਉਦੋਂ ਰੁਕ ਗਿਆ ਕੰਮ, ਇਹ ਸਾਰੇ ਵੰਡਾਂਗੇ ਅਸੀਂ ਲੋਕਲ ਥਾਵਾਂ 'ਤੇ, ਅੱਡਿਆਂ 'ਚ, ਬੱਸ ਸਟੈਂਡਾਂ ਦੇ ਵਿੱਚ ਵੱਡੇ ਪੋਸਟਰ ਵੀ ਲਵਾਵਾਂਗੇ ਵੀ ਕਿਵੇਂ ਸਾਡੇ ਨਾਲ ਧੋਖਾ ਹੋਇਆ। ਸਰਕਾਰ ਦੀ ਜਿਹੜਾ ਕੋਈ ਵੀ ਨੁਮਾਇੰਦਾ ਉਹਦੇ ਤੱਕ ਵੀ ਆਪਣੀ ਮੰਗ ਲੈ ਕੇ ਜਾਵਾਂਗੇ। ਸੜਕਾਂ 'ਤੇ ਵੀ ਘੇਰਾਂਗੇ ਸਰਕਾਰ ਨੂੰ, ਸਟੇਜਾਂ 'ਤੇ ਵੀ ਘੇਰਾਂਗੇ ਸਰਕਾਰ ਨੂੰ, ਟਕਰਾਅ ਦੀ ਸਥਿਤੀ ਆਈ ਉਹ ਵੀ ਕਰਾਂਗੇ। ਸੋ ਆਪਣੀ ਮੰਗ ਬਣਵਾਉਣੀ ਹੈ ਸਰਕਾਰ ਤੋਂ, ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਦੇ ਮੂੰਹੋਂ ਕਹੀ ਸੀ, ਸਾਡੀ ਆਪਦੀ ਕੋਈ ਮੰਗ ਨਹੀਂ। ਮੈਂ ਤੁਹਾਨੂੰ ਇੱਕ ਗੱਲ ਜਾਂਦਾ ਜਾਂਦਾ ਨੋਟ ਕਰਵਾ ਦਾਂ, ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ। ਸਿੱਖਿਆ ਮੰਤਰੀ ਜੀ ਨੇ ਧਾਰਮਿਕ ਸਥਾਨਾਂ 'ਤੇ ਖੜ੍ਹੇ ਹੋ ਕੇ, ਜਿਹੜੀ ਜਲੰਧਰ ਦੀ ਚੋਣ ਸੀ ਜਿਵਣੀ, ਉੱਥੇ ਧਾਰਮਿਕ ਸਥਾਨਾਂ 'ਤੇ ਖੜ੍ਹੇ ਹੋ ਕੇ ਕਿਹਾ ਹੋਇਆ ਵੀ ਮੈਂ ਆਹ ਧਾਰਮਿਕ ਸਥਾਨ 'ਤੇ ਖੜ੍ਹਾ, ਜੇ ਤੁਹਾਡੇ ਨਾਲ ਧੋਖਾ ਹੋਵੇ ਤੁਹਾਨੂੰ ਜੁਆਇਨ ਕਰਾਊਂਗਾ ਪ੍ਰੋਪਰ ਸਾਰੀ ਰੈਗੂਲਰ ਪੋਲਿਸੀ ਦੇ ਆਧਾਰ 'ਤੇ। ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਮੁੱਕਰੇ ਨੇ। ਜੇ ਅਸੀਂ ਅੱਜ ਇਸ ਨਾ ਮੈਦਾਨਾਂ ਦੇ ਵਿੱਚ ਔਖੇ ਹਾਂ, ਸੰਘਰਸ਼ਾਂ ਦੇ ਵਿੱਚ ਅਸੀਂ ਤਣ 'ਤੇ ਬਹੁਤ ਤਸੱਦਦ ਹੰਢਾ ਰਹੇ ਹਾਂ, ਅਤੇ ਸਾਡੇ ਲੋਕ ਮਾਨਸਿਕ ਤੌਰ 'ਤੇ ਪਰੇਸ਼ਾਨ ਨੇ, ਤਾਂ ਲੋਕ, ਉਹ ਸਿੱਖਿਆ ਮੰਤਰੀ, ਉਹ ਮੁੱਖ ਮੰਤਰੀ, ਸਰਕਾਰ ਦੇ ਨੁਮਾਇੰਦੇ ਵੀ ਕੋਈ ਖੁਸ਼ ਨਹੀਂ ਹੋਣਗੇ ਐਡੀ ਐਡੀਆਂ ਗੱਲਾਂ ਤੋਂ ਮੁੱਕਰ ਰਹੇ ਨੇ। ਸਿੱਖਿਆ ਮੰਤਰੀ ਦਾ ਡਰੀਮ ਪ੍ਰੋਜੈਕਟ ਕੱਚੇ ਮੁਲਾਜ਼ਮਾਂ ਨੂੰ ਪ੍ਰੋਪਰ ਚੈਨਲ ਰੈਗੂਲਰ ਕਰਨ ਦਾ ਫੇਲ ਹੋਣ ਜਾ ਰਿਹਾ, ਉਹਨੂੰ ਵੀ ਨੀਂਦ ਨਹੀਂ ਆ ਰਹੀ ਹੋਣੀ। ਤੁਸੀਂ ਇੱਕ ਪਾਸੜ ਨਾ ਹੋਇਆ ਕਰੋ, ਸਾਰੀਆਂ ਗੱਲਾਂ ਸੋਚ ਕੇ ਚੱਲਿਓ। ਸੋ ਆਰਡਰ ਵਾਲਾ ਕੰਮ ਨਿਬੇੜ ਲਓ, ਤੁਹਾਡੀ ਮੰਗ ਪ੍ਰਵਾਨ ਹੋਜੂਗੀ, ਅੱਗੇ ਸੰਘਰਸ਼ ਨੂੰ ਅੱਗੇ ਵਧਾਈਏ ਅਤੇ ਆਪਣੀ ਜਿੱਤ ਪ੍ਰਾਪਤ ਕਰੀਏ, ਲੜਾਈ ਲੜੀਏ। ਅਤੇ ਮੈਂ ਬਹੁਤ ਸਾਰੀਆਂ ਗੱਲਾਂ 'ਤੇ ਇਸ ਕਰਕੇ ਚੁੱਪ ਰਿਹਾ ਪਿਛਲੇ ਟਾਈਮ 'ਚ, ਸੰਘਰਸ਼ ਨੂੰ ਵੀ ਅਸੀਂ ਬਹੁਤ ਸ਼ਾਂਤ ਰੱਖਿਆ, ਸਾਡੇ ਅੰਦਰੋਂ ਵੀ ਲੋਕ ਕਹਿੰਦੇ ਹੁੰਦੇ ਸੀ ਵੀ ਇੰਨਾ ਸ਼ਾਂਤ ਨਾ ਰੱਖੋ, ਸਾਨੂੰ ਐਂ ਸੀ ਵੀ ਸਾਡਾ ਆਪਦਾ ਧੜਾ ਹੈ ਜਿਹੜਾ, ਸਾਡਾ ਆਪਦੇ ਕੱਚੇ ਮੁਲਾਜ਼ਮ ਨੇ, ਉਹ ਸਾਡੇ ਹੀ ਖਿਲਾਫ਼ ਨਾ ਹੋ ਜਾਣ ਜਿਹਦੇ ਕਰਕੇ ਸਰਕਾਰ ਆਰਡਰ ਨਾ ਦੇਵੇ। ਹੁਣ ਆਰਡਰ ਮਿਲ ਰਿਹਾ ਤੁਹਾਨੂੰ, ਤੁਹਾਨੂੰ ਵੀ ਲੱਗਦਾ ਹੋਣਾ ਵੀ ਸੰਘਰਸ਼ ਵਾਲਿਆਂ ਨੇ ਮੈਦਾਨ 'ਚ ਲੜ ਰਹੇ ਟੈਂਕੀ ਵਾਲਿਆਂ ਨੇ ਸਾਡੇ ਆਰਡਰ ਨਹੀਂ ਰੁਕਵਾਏ, ਅਤੇ ਆਰਡਰ ਤੁਹਾਡੇ 2-4 ਮਹੀਨੇ ਹੀ ਆਏ ਨੇ ਸਾਡੇ ਕਰਕੇ। ਆਹ ਅਸੀਂ ਜਿਹੜਾ ਜਾਮਤਾਮ ਕਰ ਰੱਖਿਆ ਨਾ ਇੱਥੇ, ਅਸੀਂ ਆਪਦੀ ਜਾਨ ਦੀ ਬਾਜ਼ੀ ਲਾ ਰੱਖੀ ਹੈ, ਇਹਦੇ ਕਰਕੇ ਤੁਹਾਡੇ 2-4 ਮਹੀਨੇ ਪਹਿਲਾਂ ਹੀ ਆਏ ਨੇ, ਆਰਡਰ ਲੇਟ ਨਹੀਂ ਹੋਏ। ਇਹ ਤੁਹਾਡੀ ਸਮਝ ਦਾ ਲੇਬਲ ਹੈਗਾ ਵੀ ਤੁਸੀਂ ਇਹਨੂੰ ਕਿਵੇਂ ਸਮਝਦੇ ਹੋ। ਬਹੁਤ ਸਮਝਦੇ ਹੋਣਗੇ ਵੀ ਇਹਨਾਂ ਕਰਕੇ ਰੁਕ ਰਹੇ ਸੀ, ਨਹੀਂ, ਤੁਹਾਡੇ ਆਗੂਆਂ ਨੂੰ ਪਤਾ ਹੈ, ਤੁਹਾਡੇ ਆਗੂਆਂ ਨੇ ਵੀ ਮੈਨੂੰ ਵੀ ਗੱਲ ਇਹ ਬਹੁਤ ਸਾਰੇ ਵਾਰੀ ਕਹੀ ਆ ਵੀ ਬਾਈ ਜੀ ਡਟੇ ਰਹਿਓ, ਤੁਹਾਡੇ ਕਰਕੇ ਸਾਡਾ ਕੰਮ ਵੀ ਜਲਦੀ ਬਣੂਗਾ, ਅਤੇ ਆਪਾਂ ਤਾਂ ਡਟੇ ਹੋਏ ਹਾਂ ਮੈਦਾਨ 'ਚ, ਸਾਡੀ ਮੰਗ 'ਤੇ ਪਹਿਰਾ ਦੇਵਾਂਗੇ। ਵੀਡੀਓ ਜ਼ਿਆਦਾ ਵੱਡੀ ਹੋ ਗਈ, 2-3 ਗੱਲਾਂ ਸਕੂਲਾਂ 'ਚ ਕਿਵੇਂ ਪੇਸ਼ ਆਉਣਾ ਮੈਂ ਤੁਹਾਨੂੰ ਦੱਸਤਾ, ਸੰਘਰਸ਼ ਕੰਟੀਨਿਊ ਜਾਰੀ ਰਹੂਗਾ, ਤੁਹਾਡੀ ਹਰ ਪੱਖ ਤੋਂ ਸਾਨੂੰ ਲੋੜ ਹੋਊਗੀ, ਤਨ ਮਨ ਧਨ ਨਾਲ ਸਾਥ ਦਿਓ। ਲੜਾਈ ਚਾਹੇ 3 ਮਹੀਨੇ ਚੱਲੇ, ਚਾਹੇ 4 ਮਹੀਨੇ ਚੱਲੇ, ਚਾਹੇ ਜਾਨ ਚਲੀ ਜਾਵੇ। ਮੈਨੂੰ ਕਈ ਵਾਰ ਮਹਿਸੂਸ ਹੁੰਦਾ ਵੀ ਪੰਜਾਬ ਸਰਕਾਰ ਜਿਵੇਂ ਸਾਨੂੰ ਅਰਸ਼ ਤੋਂ ਫਰਸ਼ 'ਤੇ ਸੁੱਟ ਰਹੀ ਹੈ, ਅਤੇ ਸਾਡੇ ਨਾਲ ਗੱਲਬਾਤ ਵੀ ਨਹੀਂ ਕਰ ਰਹੀ, ਸਾਡੇ ਲੋਕਾਂ ਨੂੰ ਨਾ ਉਹੀ ਟਿੱਚ ਜਾ ਜਾਣ ਰਿਹਾ, ਉਹਨਾਂ ਦੀ ਇੱਜ਼ਤ ਮਾਣ ਨਾਲ ਖਿਲਵਾੜ ਕੀਤਾ ਜਾ ਰਿਹਾ। ਇਸ ਕਰਕੇ ਮੈਨੂੰ ਲੱਗਦਾ ਇਹ ਸਰਕਾਰ ਸਾਡੀ ਕੁਰਬਾਨੀ ਭਾਲਦੀ ਆ, ਉਹ ਚਾਹੇ ਸਮੇਂ ਦੀ ਕੁਰਬਾਨੀ ਹੋਵੇ, ਚਾਹੇ ਸਾਡੀ ਸਿਹਤ ਦੀ ਕੁਰਬਾਨੀ ਹੋਵੇ, ਸਾਡਾ ਚਾਹੇ ਸਰੀਰ ਦੇ ਤੌਰ 'ਤੇ ਕੁਰਬਾਨੀ ਹੋਵੇ, ਅਤੇ ਜਿੰਨਾ ਚਿਰ ਇਹ ਕੁਰਬਾਨੀ ਲੈਂਦੀ ਨਹੀਂ ਸਰਕਾਰ, ਮੈਨੂੰ ਨਹੀਂ ਲੱਗਦਾ ਵੀ ਇਹ ਟਸ ਤੋਂ ਮਸ ਹੋਊਗੀ। ਹੁਣ ਇਹ ਤੁਸੀਂ ਦੇਖਣਾ ਵੀ ਸਰਕਾਰ ਨੂੰ ਕਰੜੇ ਹੱਥੀਂ ਲੈਣਾ ਕਿ ਕਿਸੇ ਦੀ ਕੁਰਬਾਨੀ ਦੇਣੀ ਆ।
उस दिन तुसी भी आखोगे जिस दिन मेरा हो सकता मेरे नाल कोई घटना इत्थे वापर जे, उस दिन जिहड़ा अज मैनू पानी पी पी के घुट पानी पी पी के निंद रहे लोग ने गे सरकार दे पक्ष च खड़े रहो साथी ने जिहड़े ओह फिर उद्दे मैनू आखणगे भी यार बंदा तां चंगा सी साडी लड़ाई लड़दा सी, साडू प्रोपर चैनल रैगूलर करन दी मंग रखदा सी, साडे बच्चियां दे भविख नू देख के लड़ाई लड़ रहा सी, साडी 58 साल तो बाद जिंदगी कहे जी होगी ओनू मुख रख के लड़ाई लड़ रहा सी, तुसीं कहोगे भी बंदा तां चंगा सी, अजिहा दिन ना आवे, मंगरो ही गल्लां हुंदियां ने, लड़ाई नू असीं जितीए। सो सारे साथ दिओ, 28 तो बाद फिर तुहाडे नाल प्रोग्राम सांझे करांगे, 28 तक दा अपना प्रोग्राम नमेड़ो। ते जिहड़े जिहड़े साथी जिवें जिवें ड्यूटी लगदी है धरने दे विच अपनी गिनती दे मुताबिक धरने च जरूर पहुंचो, जिहड़े जिले साडे नाल नहीं जुड़े हुए 4-5 जिवें तरन तारण अमृतसर पठानकोट नवांशहर हुशियारपुर, नवांशहर साडे नाल जुड़िया नवीन जी उहदी अगवाई कर रहे ने, ते कोई होर भी कितों लगदा जे नहीं जुड़िया तां उह साडे नाल जुड़ो, संघर्ष दा हिस्सा बणो, प्रोपर चैनल रैगूलर होना है, ये निखिध जी जॉब ते तुसी कुट कुट के मर जाओगे, तुहाडा तुहानू तंग होवोगे तुसी, 6 महीनिआं नू तुहानू अपनी जिंदगी दुब्बर लगन लग जूगी, तुहानू समाज दे विच ऐं सोचिया जाण लग जूगा भी इन्हां ने अपनी मंग ते पहरा नहीं दिता, नहीं अज प्रोपर चैनल रैगूलर होंदे। सो मैं बाकी गल्लां फिर करांगे, इहनू इंप्लीमेंट करिओ, बहुत बहुत धन्नवाद सारिआं दा।